नाम है अंकल तुहाडा जी? मेरा नाम भजन सिंह बराड़ है जी। बराड़ साहब, तुसी बिल्कुल ही भारती दे घर दे सामने रहंदे हो, किस तरह दे उहदे दिन तुसी वेखे आ और किन्ने समय तों तुसी भारती नाल? नहीं, असीं भारती दा घर जिहड़ा सी, घर वी असीं दोया सी उहनूं, ਅਤੇ ਛੋਟੀ ਉਮਰੇ ਇਹਦਾ ਫਾਦਰ ਦੀ ਡੈਥ ਹੋ ਗਈ ਸੀ ਅਤੇ ਇਹਦੀ ਮਾਂ ਨੇ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਵਿਚਾਰੀ ਨੇ ਗੁਜ਼ਾਰਾ ਕੀਤਾ। ਇਹ ਦੋ ਭੈਣਾਂ ਸੀਗੀਆਂ, ਇੱਕ ਬੇਦੀ ਭੈਣ ਵਿਆਹੀ ਸੀ ਜਦੋਂ ਫਿਰ ਇਹਦਾ ਹਾਲ ਪਿਓ ਮਰ ਗਿਆ, ਫਿਰ ਉਹਦੀ ਭੈਣ ਉਹਦੇ ਘਰ ਵਾਲਿਆਂ ਨੇ ਵੀ ਉਹਨੂੰ ਉਹਦੀ ਭੈਣ ਨੂੰ ਹੀ ਛੱਡਤਾ। ਫਿਰ ਇਹ ਮਤਲਬ ਬਰਾੜ ਸਾਹਿਬ ਸੀਗੇ ਨਾਟ ਪੰਜਾਬ ਨਾਟਸ਼ਾਲਾ ਵਾਲੇ, ਉਹ ਫਿਰ ਕੁੜੀ ਨੇ ਬੀ ਐੱਸ ਸੀ ਮੇਰੀ ਲੜਕੀ ਦੇ ਨਾਲ ਹੀ ਕੀਤੀ ਸੀਗੀ, ਜ਼ੋਰਾਵਰ ਨਾ ਉਹ ਵੀ ਬੰਬੇ ਰਹਿੰਦੀ ਹੈ, ਉੱਥੇ ਇਹਨੇ ਬੀ ਏ ਬੀ ਬੀ ਕੇ ਡੀ ਏ ਵੀ ਕਾਲਜ ਉੱਥੋਂ ਇਹਨੇ ਡਿਗਰੀ ਕੀਤੀ ਅਤੇ ਨਾਲ ਹੀ ਉੱਥੇ ਮੁੜ ਕੇ ਫਿਰ ਬਰਾੜ ਸਾਹਿਬ ਜਿਹੜੇ ਨਾਲ ਪੰਜਾਬ ਨਾਟਸ਼ਾਲਾ ਵਾਲੇ ਉਹਨਾਂ ਨੇ ਫਿਰ ਆਪਣੇ ਕੰਮ ਦੇ ਉੱਤੇ ਲਾ ਲਈ ਅਤੇ ਇਹਨੂੰ 5000 ਮਹੀਨਾ ਦੀ ਤਨਖਾਹ ਬਣਦੀ। ਫਿਰ ਉਹ 5000 ਨਾਲ ਗੁਜ਼ਾਰਾ ਆਪਣਾ ਘਰ ਦਾ ਕਰਦੀ ਸੀ, ਆਪਣਾ ਆਉਣ ਜਾਂਦਾ ਸਾਰੀ ਗੱਲ ਚੱਲਦੀ ਸੀ, ਅਤੇ ਉੱਥੇ ਇੱਥੋਂ ਹੀ ਇਸ ਘਰ ਤੋਂ ਸ਼ੁਰੂ ਕੀਤਾ ਸੀ। ਅਤੇ ਮੁੜ ਕੇ ਫਿਰ ਜਦੋਂ ਬੰਬੇ ਚਲੀ ਗਈ ਫਿਰ ਉਹ ਘਰ ਆਪਣਾ ਵੇਚ ਗਈ ਸੀ, ਅਤੇ ਸਰ ਫਿਰ ਭਰਾ ਉਹਦਾ ਇੱਥੇ ਰਹਿੰਦਾ, ਭੈਣ ਨੂੰ ਆਪਣੇ ਨਾਲ ਲੈ ਗਈ, ਆਪਣੀ ਮਾਂ ਨੂੰ ਨਾਲ ਲੈ ਗਈ, ਅਤੇ ਬੜੇ ਛੋਟੇ ਪੱਧਰ ਤੋਂ ਉਹਨੇ ਆਪਣਾ ਜ਼ਿੰਦਗੀ ਕੈਰੀਅਰ ਸ਼ੁਰੂ ਕੀਤਾ ਅਤੇ ਬੜੀ ਉੱਚੀਆਂ ਹਵਾਵਾਂ 'ਤੇ ਪਹੁੰਚ ਗਈ। ਅੱਜ ਜਿਹੜਾ ਅਸੀਂ ਅਖਬਾਰ ਦੇ ਵਿੱਚ ਸੁਣਿਆ ਪੜ੍ਹਿਆ ਵੀ ਉੱਥੇ ਗਾਂਜਾ ਪੈ ਗਿਆ, ਸਾਨੂੰ ਇਹ ਲੱਗਦਾ ਵੀ ਉਹ ਗਾਂਜੇ ਵਾਲੀ ਗੱਲ ਕੋਈ ਨਹੀਂ, ਕਿਸੇ ਨੇ ਪਤਾ ਕੋਈ ਬੰਦਾ ਬਰਦਾਸ਼ਤ ਨਹੀਂ ਕਰਦਾ ਜਿਵੇਂ ਉਹਦੀ ਲਾਈਨ ਹੈਗੀ ਹੈ ਵੀ ਲਾਈਨ 'ਚ ਬੰਦੇ ਕੋਈ ਚੰਗੇ ਮਾੜੇ ਹੁੰਦੇ ਆ ਜਾਂ ਕੋਈ ਮੰਨਦਾ, ਇਹਨੂੰ ਕਿਸੇ ਜਾਣ ਬੁੱਝ ਕੇ ਕਿਸੇ ਚਾਲ 'ਚ ਫਸਾਇਆ ਗਿਆ। ਨਹੀਂ ਨਾ, ਕਦੇ ਸਵਾਲ ਉਹ ਨਹੀਂ ਪੈਦਾ ਹੁੰਦਾ ਸੀ ਕਦੇ ਵੀ ਇਸ ਬਸ ਧਿਆਨ ਜਾਵੇ ਜਾਂ ਇਸ ਪਾਸੇ ਗਾਂਜੇ ਦੀ ਗੱਲ ਹੋਵੇ, ਜਿੱਦਾਂ ਗਾਂਜਾ ਦਾ ਮਤਲਬ ਹੀ ਕੋਈ ਨਹੀਂ ਇਸ ਗੱਲ ਦਾ, ਕਾਰਨ ਇਹਦਾ ਕੋਈ ਉਹਨੂੰ ਚੱਕਰ 'ਚ ਫਸਾਇਆ ਗਿਆ ਕਿਸੇ ਚੱਕਰ ਦੇ ਵਿੱਚ, ਉਹਨਾਂ ਦੀ ਆਪਣੀ ਜਿਵੇਂ ਕੋਈ ਕਲਾਕਾਰਾਂ ਦੀ ਆਪਸ ਵਿੱਚ ਹੁੰਦੀ ਹੈ ਸ਼ਹਿਬਾਜ਼ੀ ਹੈ, ਇਹ 'ਚ ਫਸਾਇਆ ਗਿਆ ਅਤੇ ਬਾਕੀ ਅਸੀਂ ਤਾਂ ਬਚਪਨ ਤੋਂ ਜਾਣਦੇ, ਬਚਪਨ ਖੇਡਿਆ ਇੱਥੇ ਨਿਬੜਿਆ, ਜਦੋਂ ਬਾਹਰ ਬੰਬੇ ਤੋਂ ਆਉਂਦੇ ਸੀ ਉਦੋਂ ਵੀ ਸਾਡੇ ਭੱਜ ਕੇ ਪਹਿਲਾਂ ਘਰੇ ਅੰਦਰ ਜੱਫੀ ਪਾ ਕੇ ਮਿਲਣਾ, ਅੰਕਲ ਕੀ ਹਾਲ ਚਾਲ ਰੱਖਦੇ ਹੈ, ਇਹ ਕਿਸੇ ਨੂੰ ਗਲਤ ਫਸਾਇਆ ਗਿਆ, ਇਹ 'ਚ ਕੋਈ ਸੱਚਾਈ ਨਹੀਂ ਇਸ ਗੱਲ ਦੇ ਵਿੱਚ। ਇਹ ਜਿਹੜੀਆਂ ਏਜੰਸੀਆਂ ਨੇ ਫੜਿਆ ਹੈਗਾ ਉਹਨੂੰ ਵੀ ਵੈਰੀਫਾਈ ਕਰਨਾ ਚਾਹੀਦਾ ਵੀ ਇਸ ਕਹਾਣੀ ਕੀ ਹੈ, ਝੂਠਾ ਇਲਜ਼ਾਮ ਲਾ ਕੇ ਉਹਦਾ ਕੈਰੀਅਰ ਨਹੀਂ ਖਰਾਬ ਕਰਨਾ ਚਾਹੀਦਾ। ਪਤੀ ਬਾਰੇ ਆਪਾਂ ਨਹੀਂ ਜਾਣਦੇ, ਬਿਰਦਕ ਪਤੀ ਬਾਰੇ ਆਪਾਂ ਨਹੀਂ ਜਾਣਦੇ ਉਹਦਾ ਕੀ ਕਰੀਅਰ, ਨਾ ਆਪਾਂ ਕਦੇ ਮਿਲੇ ਹਾਂ ਨਾ ਉਹ ਤੋਂ, ਕਿਉਂਕਿ ਵਿਆਹ ਵੀ ਉਹਨੇ ਜੋ ਮਕਾਨ ਵੇਚ ਗਈ ਸੀ ਬਾਅਦ ਵਿੱਚ ਕਰਾਇਆ, ਅਤੇ ਪਰ ਜਿਹੜਾ ਦਿਖਾਇਆ ਗਿਆ ਅੱਜ ਉਹਨੂੰ ਉਹਨੂੰ ਦਿਖਾਇਆ ਗਿਆ ਬਰਾੜ ਸਾਹਿਬ ਜਿਹੜੀ ਬਿਲਡਿੰਗ ਖੜੀ ਹੈ ਪਹਿਲਾਂ ਵੀ ਇਸ ਤਰ੍ਹਾਂ ਦੀ ਹੁੰਦੀ ਸੀਗੀ ਕਿ ਹੁਣ ਚੇਂਜ ਕੀਤੀ ਹੈ? ਨਹੀਂ, ਉਹਨੇ ਜਦੋਂ ਉਹਨੂੰ ਬਿਲਡਿੰਗ ਲਿਆ ਸੀ ਨਾ ਮਕਾਨ ਅਸੀਂ ਦਵਾਇਆ ਸੀਗਾ, ਫਿਰ ਉਹਨੇ 5-4 ਲੱਖ ਰੁਪਈਆ ਲਾ ਕੇ ਦਿੱਤੇ ਇਹਨੂੰ, ਸਾਰਾ ਹੋਰ ਠੀਕ ਕੀਤਾ ਸੀਗਾ, ਉਦੋਂ ਬਹੁਤ ਹੀ ਠੀਕ ਨਹੀਂ ਸੀਗੀ, ਅਤੇ ਫਿਰ ਜਦੋਂ ਬੰਬੇ ਚਲੀ ਗਈ, ਬੰਬੇ ਜਾ ਕੇ ਫਿਰ ਉਦੋਂ ਕੰਮ ਕਰ ਚੰਗਾ ਚੱਲ ਪਿਆ, ਅਤੇ ਫਿਰ ਉਹਨੇ ਮਕਾਨ ਇਹ ਵੇਚ ਦਿੱਤਾ ਬਾਅਦ 'ਚ, ਅਤੇ ਫਿਰ ਅਸੀਂ ਇਹਨਾਂ ਨੂੰ ਦਵਾਇਆ ਸੀ ਮਕਾਨ, ਭਾਰਤੀ ਨੂੰ ਅਸੀਂ ਦਵਾਇਆ ਸੀ, ਇਹਨਾਂ ਤੋਂ ਭਾਰਤੀ ਤੋਂ ਫਿਰ ਇਹਨਾਂ ਨੂੰ ਵੇਚ ਕੇ ਮਕਾਨ ਦਵਾਇਆ ਸੀ ਅਸੀਂ, ਅਤੇ ਜਿਹੜਾ ਉਹ ਗੱਲ ਇਲਜ਼ਾਮ ਲਾਇਆ ਗਿਆ ਇਹ ਮੈਨੂੰ ਬੇਕਸੂਰ ਲੱਗਦਾ, ਕੋਈ ਸੱਚਾਈ ਲੱਗਦੀ ਨਹੀਂ, ਅਤੇ ਬਾਕੀ ਏਜੰਸੀਆਂ ਨੂੰ ਵੀ ਕਈ ਜੇ ਕੇਸ ਪਾਉਣ ਤੋਂ ਪਹਿਲਾਂ ਉਹਨੂੰ ਵਿਚਾਰ ਕਰਨਾ ਚਾਹੀਦਾ ਵੀ ਇਹ ਕਿਤੇ ਗਲਤ ਗੱਲ ਤਾਂ ਨਹੀਂ, ਕਿਸੇ ਧੀ ਧਿਆਣੀ ਨੂੰ, ਕਿਸੇ ਬੱਚੇ ਨੂੰ, ਕਿਸੇ ਬੰਦੇ ਨੂੰ ਝੂਠਾ ਕੇਸ ਨਹੀਂ ਪਾਉਣਾ ਚਾਹੀਦਾ, ਅਤੇ ਜੇ ਕੋਈ ਵਿਰੋਧੀਆਂ ਆਦੇ ਆਪਣੀ ਉਹਨਾਂ ਦੀ ਹੋਰ ਕਿਸੇ ਦੀ ਗੱਲ ਲਾਗਤ ਵਾਲੀ ਗੱਲ ਹੈਗੀ ਉਹ ਕਰਨੀ, ਅਤੇ ਕੇਸ ਪਾਉਣਾ ਬਹੁਤ ਮਾੜੀ ਗੱਲ ਹੈ ਕਿਸੇ ਦੇ ਉੱਤੇ, ਇਹਦਾ ਪੂਰਾ ਵੈਰੀਫਾਈ ਕਰਨਾ ਚਾਹੀਦਾ ਕੇਸ ਦਾ। ਸੁਖਜੀਤ ਕੌਰ, ਹਾਂਜੀ, ਵੈਸੇ ਮੈਨੂੰ ਮਿਸਿਸ ਬਰਾੜ ਵੀ ਕਹਿੰਦੇ ਨੇ ਲੋਕ, ਅਤੇ ਤੁਹਾਡੇ ਘਰ ਬਿਲਕੁਲ ਭਾਰਤੀ ਸਿੰਘ ਦੇ ਘਰ ਦੇ ਸਾਹਮਣੇ ਹੈ, ਬੀਤੇ ਦਿਨ ਉਹਨਾਂ ਦੀ ਗ੍ਰਿਫਤਾਰੀ ਹੋਈ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਆ ਕਿ ਗੱਲ ਜਿਹੜੀ ਹੈ ਨਾ ਗਲੇ ਤੋਂ ਥੱਲੇ ਨਹੀਂ ਉਤਰਦੀ ਬਿਲਕੁਲ, ਜਿਹੜਾ ਵਾ ਉਹ ਮੰਨਣ 'ਚ ਨਹੀਂ ਆਉਂਦੀ ਗੱਲ ਵੀ ਇੱਕ ਇੰਨੀ ਸਿਆਣੀ ਅਤੇ ਸੁਲਝੀ ਹੋਈ ਜਿਹੜੀ ਬੇਟੀ ਆ ਸਾਡੀ ਉਹ ਇਹ ਕੰਮ ਕਰ ਸਕਦੀ ਹੈ ਨਾ। ਸਾਡੇ ਅੰਮ੍ਰਿਤਸਰ ਸਾਹਿਬ ਦੀ ਪੈਦਾਇਸ਼ ਆਏ ਜਿਹਦਾ ਕਰਕੇ, ਵੈਸੇ ਤਾਂ ਗੋਲਡਨ ਟੈਂਪਲ ਗੁਰੂਆਂ ਦੀ ਧਰਤੀ ਕਰਕੇ, ਪਰ ਬਖਸ਼ਿਸ਼ ਆ ਮਹਾਰਾਜ ਦੀ ਕਿ ਸਾਡੇ ਜਿੰਨੇ ਵੀ ਬੱਚੇ ਇਸ ਵੇਲੇ ਬੋਂਬੇ ਦੇ ਵਿੱਚ ਕੰਮ ਕਰ ਰਹੇ ਆ, ਮੈਂ ਸਾਨੂੰ ਸਾਰਿਆਂ 'ਤੇ ਮਾਣ ਆ। ਸਪੈਸ਼ਲੀ ਕਪਲ ਹੈ, ਕਪਲ ਦੇ ਨਾਲ ਉਹ ਇੱਥੇ ਵੀ ਕੰਮ ਕਰਦੀ ਰਹੀ ਹੈ, ਉੱਥੇ ਵੀ ਹੁਣ ਜਿਹੜਾ ਵਾ ਉਹ ਕੰਮ ਕਰਦੀ ਹੈ। ਮੇਰੀਆਂ ਬੇਟੀਆਂ ਜਿਹੜੀਆਂ ਉਹ ਸਟੇਜ ਕਰਦੀਆਂ ਸੀ, ਰਮਨੀਕ ਬਰਾੜ, ਮੋਨਾ ਬਰਾੜ, ਅਤੇ ਨਾਲ ਮੇਰੀ ਜ਼ੋਰਾਵਰ ਕੌਰ ਇਹ ਸਟੇਜ ਕਰਦੀਆਂ ਸੀ ਡਰਾਮਿਆਂ ਦੇ ਵਿੱਚ, ਨਾਟਸ਼ਾਲਾ ਦੇ ਵਿੱਚ। ਜਿਹੜੇ ਯੂਨੀਵਰਸਿਟੀਆਂ ਦੇ ਮੁਕਾਬਲੇ ਹੁੰਦੇ ਆ, ਜਿਹੜੇ ਯੂਥ ਫੈਸਟੀਵਲ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬੱਚੇ ਹੁੰਦੇ ਸੀ, ਇਹਨਾਂ ਦੇ ਸਿਰ 'ਤੇ ਟੀਮਾਂ ਜਿਹੜੀਆਂ ਵਾ ਉਹ ਹੁੰਦੀਆਂ ਸੀ। ਲੰਬਾ ਸਮਾਂ ਭਾਰਤੀ ਤੁਹਾਡੇ ਨਾਲ ਰਹੇ ਆ, ਬਚਪਨ ਤੋਂ ਤੁਹਾਡੇ ਨਾਲ ਗੁਜ਼ਾਰਿਆ, ਕੀ ਲੱਗਦਾ ਕਿ ਗਾਂਜੇ ਵਰਗਾ ਕੰਮ ਉਹ ਕਰ ਸਕਦੇ? ਬੇਟੇ, ਇਹ ਤਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਅੱਜ ਅਖਬਾਰ ਦੇ ਵਿੱਚ ਜਦੋਂ ਖਬਰ ਪੜ੍ਹੀ ਆ ਤਾਂ ਇੱਕਦਮ ਵਾਰ ਵਾਰ ਉਸ ਚੀਜ਼ ਨੂੰ ਪੜ੍ਹਿਆ ਕਿ ਇਹ ਨਹੀਂ ਹੋ ਸਕਦਾ, ਇਹ ਬਹੁਤ ਵੱਡੀ ਸਾਜ਼ਿਸ਼ ਹੈ। ਕੋਈ ਵੇਖੋ ਡਾਊਨ ਟੂ ਅਰਥ ਜਿਹੜਾ ਬੱਚਾ ਗਰੀਬੀ ਦੇ ਵਿੱਚੋਂ ਉੱਠ ਕੇ, ਉਹਨੇ ਆਪ ਵੀ ਸਟੇਜਾਂ 'ਤੇ ਬੋਲਿਆ, ਉਹਨੇ ਆਪ ਵੀ ਮੀਡੀਆ ਦੇ ਸਾਹਮਣੇ ਇਸ ਗੱਲ ਨੂੰ ਆਖਿਆ ਕਿ ਉਹਦੀ ਮਾਂ ਜਿਹੜੀ ਉਹਨੇ ਬਹੁਤ ਮਿਹਨਤ ਕੀਤੀ,
ਇਹ ਭਾਰਤੀ ਜਿਹੜੀ ਆ ਮੇਰਾ ਖਿਆਲ ਇਹਦਾ ਜਨਮ ਜਿਹੜਾ ਵਾ ਉਹ ਫਾਦਰ ਦੀ ਡੈਥ ਤੋਂ ਬਾਅਦ ਹੋਇਆ ਅਤੇ ਵੇਖੋ ਅਸੀਂ ਇਹਨੂੰ ਨਿੱਕੀ ਹੁੰਦੀ ਤੋਂ ਵੇਖਿਆ ਪੜ੍ਹਦਿਆਂ ਵੇਖਿਆ ਜਾਂਦਿਆਂ ਵੇਖਿਆ ਬੀਬੀ ਕਾਲਜ ਬੀਬੀ ਕੇ ਡੀ ਏ ਵੀ ਕਾਲਜ ਦੀ ਸਟੂਡੈਂਟ ਰਹੀ ਆ ਥੀਏਟਰ ਜਿਹੜੀ ਨਟਸ਼ਾਲਾ ਖਾਲਸਾ ਕਾਲਜ ਦੇ ਸਾਹਮਣੇ ਇੱਕ ਬਹੁਤ ਵੱਡੀ ਨਟਸ਼ਾਲਾ ਹੈ ਜਿੱਥੇ ਕੰਮ ਕਰਦੀ ਰਹੀ ਆ ਬਹੁਤ ਵੱਡੇ ਵੱਡੇ ਕਲਾਕਾਰ ਜਿਹੜੇ ਉਸ ਨਟਸ਼ਾਲਾ ਨੇ ਪੈਦਾ ਕੀਤੇ ਆ ਮੇਨ ਗੱਲ ਬੇਟੇ ਇਹ ਕਿ ਜੋ ਮੈਂ ਅਖਬਾਰ ਵਿੱਚੋਂ ਪੜ੍ਹਿਆ ਮੇਰਾ ਮਨ ਵਾਰ ਵਾਰ ਇਹ ਸੋਚਦਾ ਹੈ ਕਿ ਉਹਦੇ ਹਸਬੈਂਡ ਦਾ ਨਾਂ ਮੀਡੀਆ ਨੇ ਲੈਣ ਤੋਂ ਔਰਤ ਦਾ ਨਾਂ ਕਿਉਂ ਜਿਹੜਾ ਵਾ ਉਹ ਅੱਗੇ ਰੱਖਿਆ ਕਿਤੇ ਇਹ ਨਹੀਂ ਹੋ ਸਕਦਾ ਕਿ ਚਰਚਾ ਮੇਨ ਵਿਸ਼ਾ ਚਰਚਾ ਭਾਰਤੀ ਸਿੰਘ ਹੀ ਕਿਉਂਕਿ ਕਾਫੀ ਨਾਮ ਕਮਾ ਚੁੱਕੀ ਹੈ ਭਾਰਤੀ ਸਿੰਘ ਬਿਲਕੁਲ ਗੱਲ ਠੀਕ ਹੈ ਹਰ ਦਿਮਾਗ ਜਿਹੜਾ ਉਹ ਸੋਚਦਾ ਹੈ ਕਿ ਇਹਦੀਆਂ ਬੁਲੰਦੀਆਂ ਨੂੰ ਛੂਹਣਾ ਇਹਦੀ ਜਿਹੜੀ ਚੜ੍ਹਤ ਆ ਜਾਂ ਇਹਦੀ ਜਿਹੜੀ ਕਮਾਈ ਆ ਜਾਂ ਇਹਦਾ ਜਿਹੜਾ ਸਟੇਟਸ ਆ ਹੁਣ ਇਸ ਵੇਲੇ ਜਾਂ ਇਹਦੇ ਜਿਹੜੇ ਕੰਮ ਆ ਉਹਨਾਂ ਨੂੰ ਵੇਖ ਕੇ ਜਿਹੜੇ ਲੋਕਾਂ ਨੂੰ ਨਹੀਂ ਹਜ਼ਮ ਹੁੰਦੀ ਉਹ ਲੋਕ ਜਿਹੜੇ ਆ ਉਹ ਇਹੋ ਜਿਹਾ ਕੰਮ ਜਿਹੜਾ ਵਾ ਉਹ ਕਰਦੇ ਆ ਵੈਸੇ ਤਾਂ ਪਰਮਾਤਮਾ ਦੀ ਕਿਰਪਾ ਹੈ ਬੇਟੇ ਇਹਨੇ ਨਾਲ ਤੱਤਿਆਂ ਪਾਣੀਆਂ ਨਾਲ ਘਰ ਨਹੀਂ ਛੱਡਦੇ ਠੀਕ ਹੈ ਨਾ ਜੇ ਰੱਬ ਦੀ ਕਿਰਪਾ ਹੈ ਤਾਂ ਉਹਦੇ ਉੱਤੇ ਉਹਦਾ ਇਸ ਚੀਜ਼ ਦੇ ਵਿੱਚੋਂ ਬਿਲਕੁਲ ਵਾਲ ਜਿਵੇਂ ਮੱਖਣ ਵਿੱਚੋਂ ਵਾਲ ਨਿਕਲਦਾ ਹੈ ਇਸ ਤਰ੍ਹਾਂ ਬਾਹਰ ਆਓ ਕਿਉਂਕਿ ਸਾਂਚ ਨੂੰ ਕੋਈ ਆਂਚ ਨਹੀਂ ਹੈ ਕੀ ਤੁਹਾਨੂੰ ਲੱਗਦਾ ਕਿ ਇਸ ਮਾਮਲੇ 'ਚ ਹਜੇ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਆ ਕਿਉਂਕਿ ਬੱਚਾ ਜਿਹੜਾ ਬਿਲਕੁਲ ਬੇਦਾਗ ਸਮੇਂ ਲੱਗੀ ਨਾ ਜਿਹਨੇ ਆਪਣੇ ਘਰ ਦੇ ਗਰੀਬੀ ਵੇਖੀ ਔਖੇ ਹੋਵੇ ਗਰੀਬੀ ਤੋਂ ਉੱਠ ਕੇ ਆਪਣੀਆਂ ਜ਼ਿੰਮੇਵਾਰੀਆਂ ਸਮਝੀਆਂ ਹੋਣ ਇੱਕ ਭੈਣ ਉਹਦੀ ਜਿਹੜੀ ਆ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਗਾ ਉਹਦਾ ਬੱਚਾ ਹੈ ਲੜਕੀ ਆ ਬੇਟੀ ਆ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਮੈਂ ਮਤਲਬ ਵੀ ਕਰਨਾ ਇੱਕ ਔਰਤ ਜਿਹੜੀ ਆ ਮੇਰੇ ਖਿਆਲ ਦੇ ਵਿੱਚ ਜਿਹੜੀ ਸਹੀ ਅਰਥਾਂ ਵਿੱਚ ਔਰਤ ਹੈ ਉਹ ਇਹੋ ਜਿਹੇ ਕੰਮ ਜਿਹੜੇ ਉਹ ਨਹੀਂ ਕਰ ਸਕਦੀ ਔਰ ਮੈਨੂੰ ਪੂਰਾ ਮਾਣ ਹੈ ਵੀ ਸਾਡੀ ਬੇਟੀ ਜਿਹੜੀ ਆ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਠੀਕ